ਅੱਜ ਤੁਹਾਨੂੰ ਲੁਧਿਆਣੇ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੇਰਕਾ ਮਿਲਕ ਪਲਾਂਟ ਤੋਂ, ਜਿੱਥੇ ਅੱਜ ਐਲਾਨ ਕੀਤਾ ਗਿਆ ਸੀ ਵੀ ਕਾਲੇ ਪਾਣੀ ਨੂੰ ਲੈ ਕੇ ਮੋਰਚਾ ਜਿਹੜਾ ਇੱਥੋਂ ਸ਼ੁਰੂਆਤ ਕੀਤੀ ਜਾਵੇਗੀ। ਤਾਂ ਅੱਜ ਤੁਹਾਨੂੰ ਪੁਲਿਸ ਦੇ ਪ੍ਰਬੰਧ ਕੀ ਹੈ ਉਹ ਦਿਖਾ ਦਿੰਦੇ ਹਾਂ। ਜਿਹੜੀ ਵਾਟਰ ਕੈਨਨਸ ਨੇ ਉਹ ਵੀ ਆ ਚੁੱਕੀਆਂ ਹੋਈਆਂ ਨੇ, ਪੁਲਿਸ ਦੀ ਗੱਡੀਆਂ ਨੇ ਉਹ ਵੀ ਆ ਚੁੱਕੀਆਂ ਹੋਈਆਂ। ਤਾਂ ਗੱਲ ਇਹ ਹੈ ਵੀ ਕਿਸ ਤਰੀਕੇ ਨਾਲ ਜਿਹੜੇ ਮੋਰਚਾ ਦੀ ਗੱਲ ਕੀਤੀ ਗਈ ਸੀ ਵੀ ਪ੍ਰਬੰਧ ਜਿਹੜੇ ਹੈ ਕੀ ਹੈ, ਤਾਂ ਹੁਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀ ਕੁਛ ਦੇਖਿਆ ਜਾ ਰਿਹਾ ਕੁਛ। ਅਤੇ ਹੁਣ ਹਿਰਾਸਤ ਦੇ ਵਿੱਚ ਵੀ ਕੁਛ ਲੋਕਾਂ ਨੂੰ ਲਿਆ ਗਿਆ। ਕੈਮਰਾ ਪਰਸਨ ਨੂੰ ਕਹਾਂਗਾ ਤਸਵੀਰ ਜਿਹੜਾ ਜ਼ਰੂਰ ਸਾਂਝੀ ਕੀਤੀ ਜਾਵੇ। ਕੁਛ ਲੋਕਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਵੀ ਲਿੱਤਾ ਜਾ ਰਿਹਾ। ਨਹੀਂ ਆਪਦੇ ਕੰਮ ਹੈ, ਕੋਈ ਕਿਸੇ ਸਪੋਰਟ ਨਹੀਂ ਹੈ। ਜ਼ਰੂਰ ਦਿਖਾਇਆ ਜਾਵੇ ਕਿਉਂਕਿ ਇਹਨਾਂ ਲੋਕਾਂ ਨੂੰ ਡਿਟੇਨ ਕੀਤਾ ਜਾ ਰਿਹਾ ਜਿਹੜੇ ਕਾਲੀ ਪਾਣੀ ਨੂੰ ਲੈ ਕੇ ਅੱਜ। ਗੱਲ ਕਹੀ ਜਾ ਰਹੀ ਹੈ ਵੀ ਉਹ ਆਪਣੇ ਕੰਮ ਆਏ ਸੀਗੇ, ਪਰ ਆਹ ਦੇਖ ਸਕਦੇ ਹੋ ਡਿਟੇਨ ਕੀਤਾ ਜਾ ਰਿਹਾ ਉਹਨਾਂ ਨੂੰ। ਅਤੇ ਇਸ ਹਿਸਾਬ ਨਾਲ ਸਵੇਰ ਤੋਂ ਕਿੰਨੇ ਹੀ ਲੋਕਾਂ ਨੂੰ ਜਿਹੜਾ ਉਹ ਡਿਟੇਨ ਕੀਤਾ ਗਿਆ। ਤਾਂ ਹੁਣ ਐਸ ਪੀ ਗੁਰਦੇਵ ਸਿੰਘ ਵੀ ਇੱਥੇ ਪਹੁੰਚੇ, ਗੱਲਬਾਤ। ਉਹ ਕੁਛ ਨਹੀਂ ਹੋਇਆ ਯਾਰ, ਤੁਸੀਂ ਤਾਂ ਉਹਨਾਂ ਬੰਦਿਆਂ ਨੇ ਕੋਈ ਚੈੱਕ ਕਰਦੇ ਜਿੰਨੇ ਤੁਸੀਂ ਹੋ ਜਾਂਦੇ ਹੋ ਯਾਰ। ਤਾਂ ਹੁਣ ਗੱਲਬਾਤ ਜ਼ਰੂਰ ਕੀਤੀ ਹੈ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਵੇਰਕਾ ਮਿਲ ਪਲਾਂਟ 12 ਵਜੇ ਦਾ ਸਮਾਂ ਦਿੱਤਾ ਗਿਆ ਸੀ, 12 ਵਜੇ ਤੋਂ ਪਹਿਲਾਂ ਦਾ ਜਿਹੜਾ ਕੋਈ ਨਹੀਂ ਉਹ ਵੈਰੀਫਾਈ ਕਰਦੇ। ਇਹ ਕੋਈ ਸਪੈਸ਼ਲ ਜਗ੍ਹਾ ਬਣਾਈ ਹੈ ਜੀ ਕਾਦੀ ਇਹਨਾਂ ਨੂੰ ਬੰਦਿਆਂ ਨੂੰ ਰੱਖਣ ਵਾਸਤੇ? ਕੋਈ ਸਪੈਸ਼ਲ ਜਗ੍ਹਾ ਨਹੀਂ, ਕੋਈ ਸਪੈਸ਼ਲ ਜਗ੍ਹਾ ਨਹੀਂ। ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਮਾਜ ਵਾਸਤੇ ਚੰਗਾ ਉਹ ਅਸੀਂ ਕਰਾਂਗੇ ਜੀ। ਧੰਨਵਾਦ। ਕਿਹਾ ਜਾ ਰਿਹਾ ਵੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਵਾਸਤੇ ਜੋ ਵੀ ਹੋ ਰਿਹਾ ਉਹ ਅਸੀਂ ਕਰ ਰਹੇ ਹਾਂ। ਤਾਂ ਹੁਣ ਸਭ ਤੋਂ ਵੱਡੀ ਤਸਵੀਰਾਂ ਤੁਹਾਡੇ ਨਾਲ ਇਸ ਸਮੇਂ ਸਾਂਝੀਆਂ ਕਰ ਰਹੇ ਹਾਂ। ਲੁਧਿਆਣੇ ਤਸਵੀਰ ਇਸ ਸਮੇਂ ਤੁਹਾਡੇ ਨਾਲ ਦਿਖਾ ਰਹੇ ਹਾਂ। ਦੇਖ ਸਕਦੇ ਹੋ ਇੱਧਰ ਬੱਸਾਂ ਜਿਹੜੀਆਂ ਨੇ ਉਹ ਵੀ ਇੱਥੇ ਪੰਜਾਬ ਪੁਲਿਸ ਦੀ ਜਿਹੜੀਆਂ ਉਹ ਨੇ, ਅਤੇ ਡਿਟੇਨ ਵੀ ਲਗਾਤਾਰ ਜਿਹੜੇ ਆ ਉਹ ਲੋਕਾਂ ਨੂੰ ਕੀਤਾ ਜਾ ਰਿਹਾ। ਵਾਟਰ ਕੈਨਨ ਅਗਲੇ ਜੇ ਇਹ ਚੌਂਕ ਤੋਂ ਮੈਂ ਅੱਗੇ ਜਾਂਦਾ ਤਾਂ ਅੱਗੇ ਵਾਟਰ ਕੈਨਨ ਵੀ ਜਿਹੜੀ ਹੈ ਉਹ ਵੀ ਆ ਚੁੱਕੀ ਹੋਈ ਆ, ਮਤਲਬ ਨਹਿਰ ਬਿਲਕੁਲ ਨਜ਼ਦੀਕ ਹੈ। ਤਾਂ ਵਾਟਰ ਕੈਨਨ ਦਾ ਯੂਜ਼ ਵੀ ਜਿਹੜਾ ਉਹ ਵੀ ਕੀਤਾ ਜਾ ਸਕਦਾ। ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਇਸ ਸਮੇਂ ਕਰ ਰਹੇ ਹਾਂ। ਦੇਖ ਸਕਦੇ ਹੋ ਇਹ ਦੇਖੋ ਜੀ ਵੀ ਹੁਣ ਪੁਲਿਸ ਦੀ ਗੱਡੀਆਂ ਵੀ ਜਿਹੜੀਆਂ ਆਈਆਂ ਨੇ, ਜਿੱਥੇ ਤੁਹਾਨੂੰ ਫੋਰਸਿਸ ਵੀ ਜਿਹੜੀਆਂ ਨੇ ਉਹ ਵੀ ਨਜ਼ਰ ਆ ਰਹੇ ਹੋਣਗੀਆਂ। ਤਾਂ ਪੂਰੇ ਜਿਹੜੇ ਆ ਪੁਲਿਸ ਦੇ ਪ੍ਰਬੰਧ ਤੁਹਾਨੂੰ ਜ਼ਰੂਰ ਇਸ ਸਮੇਂ ਨਜ਼ਰ ਆ ਰਹੇ ਹੋਣਗੇ। ਅਤੇ ਕੱਲ੍ਹ ਤੋਂ ਹੀ ਕਈ ਬੰਦਿਆਂ ਨੂੰ ਡਿਟੇਨ ਜਿਹੜਾ ਹੈ ਉਹ ਕੀਤਾ ਜਾ ਰਿਹਾ। ਤਾਂ ਹੁਣ ਤਸਵੀਰ ਤੁਹਾਡੇ ਨਾਲ ਇੱਥੇ ਸਾਂਝੀ ਅਸੀਂ ਕਰਦੇ ਹਾਂ। ਦੇਖ ਸਕਦੇ ਹੋ ਤਸਵੀਰ ਵੀ ਕਿਸ ਹਿਸਾਬ ਨਾਲ ਪੁਲਿਸ ਦੇ ਜਿਹੜੇ ਪ੍ਰਬੰਧ ਨੇ ਇਹ ਦੇਖ ਸਕਦੇ ਹੋ। ਅਤੇ ਇਸ ਤੋਂ ਪਾਰ ਜਿਹੜੇ ਆ ਇਹ ਪੁਲਿਸ ਦੀਆਂ ਲਗਾਤਾਰ ਤੁਹਾਨੂੰ ਜਿਹੜੀਆਂ ਨੇ ਉਹ ਬੱਸਿਸ ਦੇਖ ਸਕਦੇ ਹੋ ਵੀ ਕਿਸ ਹਿਸਾਬ ਨਾਲ ਬੱਸਾਂ ਜਿਹੜੀਆਂ ਨੇ ਉਹਦੇ ਵਿੱਚ ਪੁਲਿਸ ਆਈ ਆ। ਦੇਖ ਸਕਦੇ ਹੋ ਐਂਟੀ ਰੋਇਟ ਪੁਲਿਸ ਵੀ ਜਿਹੜੀ ਆ ਉਹ ਵੀ ਇੱਥੇ ਪਹੁੰਚ ਚੁੱਕੀ ਹੋਈ ਆ। ਅਤੇ ਪੂਰੇ ਪੁਖਤਾ ਜਿਹੜੇ ਆ ਉਹ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਆ। ਕੈਮਰਾ ਪਰਸਨ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਇਸ ਸਮੇਂ ਸਾਂਝੀਆਂ ਕਰ ਰਿਹਾ। ਤਾਂ ਜ਼ਰੂਰ ਇਸ ਸਮੇਂ ਕਾਫੀ ਲੋਕ ਵੀ ਜਿਹੜੇ ਨੇ ਉਹ ਵੀ ਪਹੁੰਚੇ ਨੇ ਦੇਖ ਸਕਦੇ ਹੋ। ਅਤੇ ਹੁਣ ਅਸੀਂ ਗੱਲਬਾਤ ਵੀ ਕਰਦੇ ਹਾਂ, ਪੁੱਛਦੇ ਹਾਂ ਵੀ ਅਸਲ ਦੇ ਵਿੱਚ ਕੀ ਇੱਥੇ ਮਾਹੌਲ ਹੈ, ਕਿੱਦਾਂ ਦਾ ਹੈ।
ਕੀ ਮਾਹੌਲ ਹੈ ਜੀ ਇੱਥੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਠੀਕ ਠਾਕ ਹੋ? ਚਲੋ, ਤੇ ਅੱਜ ਜਿਹੜੀ ਕਾਲ ਦਿੱਤੀ ਗਈ ਸੀ ਕਾਲੀ ਪਾਣੀ ਦੇ ਮੋਰਚੇ ਨੂੰ ਲੈ ਕੇ, ਪਰ ਤਸਵੀਰਾਂ ਕੁਛ ਹੋਰ ਨਜ਼ਰ ਆ ਰਹੀਆਂ, ਪੁਖਤਾ ਪ੍ਰਬੰਧ ਪੁਲਿਸ ਦੇ ਵੀ ਨਜ਼ਰ ਆ ਰਿਹਾ, ਮਾਹੌਲ ਕੀ ਹੈ? ਹਜੇ ਤਾਂ ਬੇਟਾ ਤੁਸੀਂ ਦੇਖ ਹੀ ਰਹੇ ਹੋ, ਜੋ ਕੁਛ ਆ ਤੁਹਾਡੇ ਸਾਹਮਣੇ ਹੀ ਆ, ਹੈ ਨਾ? ਅਜੇ ਆਪਾਂ ਕੁਛ ਵੀ ਨਹੀਂ ਕਹਿ ਸਕਦੇ ਇਸ ਮਾਮਲੇ 'ਚ, ਕਿਉਂਕਿ ਜਦੋਂ ਸੰਗਤ ਆਊਗੀ ਜਾਂ ਕੋਈ ਇੱਥੇ ਵਿਚਾਰ ਦਿਖੂਗਾ, ਤੁਹਾਨੂੰ ਮੀਡੀਆ ਨੂੰ ਵੀ ਦੇਖ ਜਾਣਾ। ਪਰ ਧੰਨਵਾਦ ਤੁਹਾਡਾ, ਇਹ ਮੀਡੀਆ ਦਾ ਜ਼ਰੂਰ ਆ ਪੰਜਾਬ ਦਾ, ਕਿ ਜਿਹੜਾ ਪੰਜਾਬ ਦਾ ਮੀਡੀਆ, ਕੁਛ ਤੁਹਾਡੇ ਵਰਗੇ ਮੁੰਡੇ, ਸਾਰੇ ਨਹੀਂ ਮੈਂ ਕਹਿੰਦੀ, ਕੁਛ ਹੈਗੇ ਇਹੋ ਜਿਹੇ ਜਿਹੜੇ ਪੰਜਾਬ ਦੇ ਦਰਦ ਨੂੰ ਹਰ ਪਾਸੇ ਸਮਝਦੇ ਆ ਅਤੇ ਪਹੁੰਚਦੇ ਵੀ ਉੱਥੇ। ਇਸ ਗੱਲ ਕਰਕੇ ਮੇਰੇ ਵੱਲੋਂ ਹਰ ਸਮੇਂ ਤੁਹਾਡੇ ਲਈ ਦਬਾਅ ਹੋ ਗਈ ਦਿਮਾਗ ਦੇ ਵਿੱਚੋਂ, ਜ਼ਬਾਨ ਦੇ ਵਿੱਚੋਂ, ਜਿਉਂਦੇ ਵਾਸਤੇ ਰਹੋ। ਅਤੇ ਦੀਪ ਸਿੱਧੂ ਦੇ ਕਹਿਣਗੋ ਬਈ ਪੰਜਾਬ ਦੇ ਹੱਕਾਂ ਲਈ, ਆਉਣ ਵਾਲੀਆਂ ਨਸਲਾਂ ਦੇ ਹੱਕਾਂ ਲਈ, ਆਉਣ ਵਾਲੀਆਂ ਜ਼ਿੰਦਗੀਆਂ ਨੂੰ ਜਿਉਣ ਵਾਸਤੇ ਤੁਸੀਂ ਇਸ ਤਰ੍ਹਾਂ ਤਤਪਰ ਰਹੋ, ਕਿਉਂਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਸੀਂ ਸਾਡਾ ਕੋਈ ਦੁਸ਼ਮਣ ਤਾਂ ਹੈ ਨਹੀਂਗਾ, ਨਾ ਅਸੀਂ ਕਿਸੇ ਨੂੰ ਆਪਦਾ ਦੁਸ਼ਮਣ ਮੰਨਦੇ ਹਾਂ। ਸਿਰਫ ਵੀ ਹੁਣ 12 ਵਜੇ ਦੀ ਕਾਲ ਦਿੱਤੀ ਗਈ ਸੀ, ਪਰ 12 ਵਜੇ ਤੋਂ ਪਹਿਲਾਂ ਜੇ ਕੋਈ ਲੱਗਦਾ ਤਾਂ ਪਹਿਲਾਂ ਹੀ ਉਹਨੂੰ ਫੜ ਲਿੱਤਾ ਜਾਂਦਾ, ਡਿਟੇਨ ਉਹਨੂੰ ਪਹਿਲਾਂ ਹੀ ਕੀਤਾ ਜਾ ਰਿਹਾ। 4 ਮੁੰਡੇ ਹੁਣੇ ਸਾਡੇ ਮੂਹਰੇ ਡਿਟੇਨ ਕੀਤੇ ਗਏ ਆ। ਅੱਛਾ, ਨਹੀਂ ਅਸੀਂ ਤਾਂ ਦੋਨੇ ਬੀਬੀਆਂ ਇੱਧਰ ਜਾ ਰਹੀਆਂ ਸੀਗੀਆਂ ਆਪਦੇ ਕੰਮ, ਅਤੇ ਅਸੀਂ ਇੱਥੇ ਰੁਕੀਆਂ, ਇੱਥੇ ਖੜੀਆਂ ਸੀਗੀਆਂ, ਅਤੇ ਫਿਰ ਜੋ ਦੇਖਿਆ ਇੱਥੇ ਹੁਣ ਤੁਹਾਡੇ ਸਾਹਮਣੇ ਹੀ ਆ, ਹੈ ਨਾ? ਹਾਂ, ਆਪਾਂ ਇਹ ਤਾਂ ਕੁਛ ਨਹੀਂ ਕਹਿ ਸਕਦੇ ਹੈਗੇ, ਪਰ ਇਹ ਆ ਵੀ ਜਿਹੜਾ ਪਾਣੀ ਆ, ਪਾਣੀ ਦਾ ਹੀ ਆ ਨਾ, ਪਾਣੀ ਤਾਂ ਐਜ ਇਨਸਾਨੀਅਤ ਸਾਰਿਆਂ ਨੂੰ ਚਾਹੀਦਾ, ਹੈ ਨਾ? ਪਰ ਸਿਰੇ ਲਾਤਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਬਦ ਨੂੰ, ਪਵਨ ਗੁਰੂ ਪਾਣੀ ਪਿਤਾ, ਹੈ ਨਾ? ਪਿਤਾ ਤੋਂ ਬਿਨਾਂ ਔਲਾਦ ਨਹੀਂ ਹੁੰਦੀ, ਅਤੇ ਪਾਣੀ ਤੋਂ ਬਿਨਾਂ ਪੂਰਾ ਸੰਸਾਰ ਸਾਜ ਹੀ ਨਹੀਂ ਸਕਦਾ। ਇਹ ਗੱਲ ਹੈ, ਜਿਹੜੇ ਅੱਜ ਕਹਿ ਰਹੇ ਸੀ ਵੀ ਅਸੀਂ ਪਾਣੀ ਬਚਾਉਣ ਆ ਰਹੇ ਹਾਂ, ਉਹਨਾਂ ਨੂੰ ਤਾਂ ਪਹਿਲਾਂ ਹੀ ਡਿਟੇਨ, ਪਹਿਲਾਂ ਹੀ ਰੋਕਿਆ ਜਾ ਰਿਹਾ। ਚਲੋ, ਕੁਦਰਤ ਕੋਈ ਨਾ ਕੋਈ ਕਲਾ ਤਾਂ ਵਰਤਾਉਂਦੀ ਆ ਨਾ। ਦੇਖੋ, ਉਹਨਾਂ ਦੀ ਆਪਦੀ ਡਿਊਟੀ ਆ, ਹਰੇਕ ਇਨਸਾਨ ਦੀ ਆਪਦੀ ਡਿਊਟੀ ਲਾਉਂਦੀ ਆ। ਹੁਣ ਤੁਹਾਡੀ ਆਪਦੀ ਡਿਊਟੀ ਆ ਬੱਚ, ਹੁਣ ਅਸੀਂ ਤਾਂ ਇੱਥੇ ਖੜੀਆਂ, ਹੈ ਨਾ, ਤੁਹਾਡੇ ਸਾਹਮਣੇ ਖੜੀਆਂ, ਪਰ ਸਾਨੂੰ ਥੋੜ੍ਹੀ ਪਤਾ ਸੀ ਵੀ ਥੱਲੀ ਆ ਕੇ ਵਧੀਆ ਮੁੰਡੇ ਨੇ ਜਿਹੜੇ ਹਰੇਕ ਥਾਂ 'ਤੇ ਖੜਦੇ ਨੇ ਜਾ ਕੇ ਸਾਡੇ ਕੋਲ ਆਉਣਗੇ। ਹੁਣ ਅਸੀਂ ਤਾਂ ਤੈਨੂੰ ਸੁਨੇਹਾ ਨਹੀਂ ਦਿੱਤਾ ਸੀ ਪੁੱਤ, ਨਾ ਸਾਨ ਇਹ ਬੀਬੀ ਨੂੰ ਪਤਾ ਸੀ, ਨਾ ਸਾਨ ਮੈਨੂੰ ਪਤਾ ਸੀ, ਅਸੀਂ ਤਾਂ ਖੜੀਆਂ ਆਪਦੇ ਫਰਜ਼ 'ਤੇ ਜਾ ਰਹੀਆਂ ਆਪਦੇ ਕੰਮ ਧੰਦੇ। ਅਤੇ ਫਿਰ ਹੁਣ ਜੇ ਇਹ ਤਾਂ ਦੇਖੋ, ਪਾਣੀ ਜਾਂ ਕੋਈ ਵੀ ਚੀਜ਼ ਆ, ਬਠਿੰਡੇ ਦੀ ਲੜਾਈ ਨਹੀਂ ਹੈਗੀ, ਤੁਸੀਂ ਤਾਂ ਮੈਨੂੰ ਦੇਖਦੇ ਹੋ ਨਾ, ਹਮੇਸ਼ਾ ਅਸੀਂ ਮੋਰਚਿਆਂ 'ਤੇ ਰਹੇ ਹਾਂ, ਇਹ ਬਠਿੰਡੇ ਦੀ ਲੜਾਈ ਨਹੀਂ ਹੈ, ਮੈਂ ਤਾਂ ਸ਼ਹਿਰ ਦੀ ਲੜਾਈ ਲੜ ਰਹੀ ਹਾਂ। ਸਾਡੀ ਇਹ ਸਾਰੀ ਜਿਹੜਾ ਫੰਡ ਆਇਆ ਵਰਲਡ ਬੈਂਕ ਤੋਂ, ਸਾਡੀ ਇਹ ਸਾਰੀ ਹੋ ਚੁੱਕੀ ਆ ਮਾਰਕੀਟ ਡਿਮਾਰਕੇਸ਼ਨ, ਸਾਡੇ ਅੰਡਰਗਰਾਊਂਡ ਇਸੇ ਨਹਿਰ 'ਚੋਂ ਪਾਣੀ ਪਾਉਣਾ, ਇਹ ਨਹਿਰਾਂ ਤਾਂ ਸਾਫ਼ ਨਹੀਂ ਹੈਗੀਆਂ। ਹੁਣ ਜਿਹੜੇ ਗਰੀਬ ਲੋਕ ਹੈ ਉਹ ਦਿਹਾੜੀ ਕਰਨ ਕੇ ਮੋਰਚਿਆਂ 'ਤੇ ਆਉਣ, ਮੈਂ ਇਹ ਆਵਾਜ਼ ਲੈ ਕੇ ਨਹੀਂ ਚੱਲੀ ਇਕੱਲੇ ਬਠਿੰਡੇ ਦੀ, ਮੈਂ ਆਪਣੇ ਲੁਧਿਆਣੇ ਦੀ ਆਵਾਜ਼ ਲੈ ਕੇ ਚੱਲੀ ਹਾਂ। ਮੈਨੂੰ ਇਹ ਪਤਾ ਵੀ ਕਿਹੜੇ ਮਾਲ ਦੀ ਪਿੱਠ ਦਾ ਪਾਣੀ ਕਿੱਥੇ ਜਾ ਰਿਹਾ। ਸਾਡਾ ਇੱਕ ਸਰਪੰਚ ਬੋਲਿਆ ਸੀ ਆਪਣਾ ਨਿਊ ਰਾਜਗੁਰੂ ਨਗਰ ਦਾ, ਉਹਨੂੰ ਇਸ ਬੁਰੇ ਤਰੀਕੇ ਨਾਲ ਚੁੱਪ ਕਰਾਇਆ ਗਿਆ, ਉਹ ਅੱਜ ਤੱਕ ਸਾਨੂੰ ਨਹੀਂ ਪਤਾ ਵੀ ਉਹ ਕਿੱਥੇ ਕਿੱਥੇ ਨੇ। ਉਹ ਜਿਹੜੀ ਪਿੱਟ ਹੈ ਮੌਲ ਦੀ, ਉਹਦਾ ਪਾਣੀ ਧਰਤੀ 'ਚ ਜਾ ਰਿਹਾ ਸਿੱਧਾ, ਔਰ ਬਹੁਤ ਗੰਦਾ ਪਾਣੀ। ਔਰ ਸਾਡਾ ਜਿਹੜਾ ਅਸੀਂ ਧਰਤੀ ਦਾ ਪਾਣੀ ਪੀਂਦੇ ਹਾਂ ਬਿਨਾਂ ਫਿਲਟਰ, ਸਿੱਧਾ ਪਾਣੀ ਪੀ ਰਹੇ ਹਾਂ ਅਸੀਂ ਟਿਊਬਵੈਲ ਦਾ, ਕੋਈ ਉਹ ਨਹੀਂ ਹੁੰਦਾ। ਮੇਰੇ ਘਰ ਮੇਰੇ 'ਚ ਪਹੁੰਚ ਹੈਗੀ, ਮੈਂ ਫਿਲਟਰ ਲਾ ਲੂੰਗੀ। ਮੇਰੇ ਹੋਰ ਗਰੀਬ ਭੈਣ ਭਾਈ ਉਹ ਕਿੱਥੋਂ ਲਾਉਣ ਫਿਲਟਰ, ਉਹ ਰੋਜ਼ੀ ਰੋਟੀ ਕਮਾਉਣ ਕੇ ਫਿਲਟਰ ਲਾਉਣ। ਸਾਨੂੰ ਹੱਲ ਦੱਸਿਆ ਜਾਵੇ ਅਸੀਂ ਕਰੀਏ ਕੀ? ਸਿੱਧਾ ਦਰਿਆ 'ਚ ਸੁੱਟਦੇ ਹਾਂ ਉਹ ਪਾਣੀ, ਉਹ ਅਸੀਂ ਐਂ ਨਹੀਂ ਕਹਿੰਦੇ ਵੀ ਸਾਡੀਆਂ ਡਾਇੰਗ ਫੈਕਟਰੀਆਂ ਵਾਲੇ ਸੁੱਟਦੇ ਆ, ਅਸੀਂ ਇਹ ਵੀ ਸਾਡੇ ਨੇ, ਅਸੀਂ ਇਹਨਾਂ ਨੂੰ ਬਲੇਮ ਨਹੀਂ ਕਰਦੇ, ਅਸੀਂ ਇਹਨਾਂ ਦੇ ਨਾਲ ਅਸੀਂ ਕਹਿੰਦੇ ਵੀ ਸਾਡੇ ਨਾਲ ਮੋਰਚੇ 'ਤੇ ਆਓ, ਸਾਡੀ ਪ੍ਰੋਬਲਮ ਸੁਣੋ, ਸਾਡੇ ਲੀਡਰਾਂ 'ਤੇ ਇਹ ਨਾ ਲਾਓ ਵੀ ਉਹ ਬਲੈਕਮੇਲ ਕਰ ਗਿਆ। ਕੋਈ ਐਡਾ ਭੋਲਾ ਨਹੀਂ ਹੈਗਾ, ਅਸੀਂ ਐਡੇ ਭੋਲੇ ਨਹੀਂ ਹੈਗੇ ਵੀ ਅਸੀਂ ਕਿਸੇ ਨੂੰ ਕਹਿ ਦਾਂਗੇ ਸਾਡੇ ਮੂਹਰੇ ਲਾ ਕੇ ਤੂੰ ਪੈਸੇ ਤਾਂ ਬਲੈਕਮੇਲ ਕਰਦੇ ਪਏ ਆ। ਤੁਸੀਂ ਮੈਨੂੰ ਐਂ ਦੱਸੋ, ਚਲੋ ਇੱਕ ਮਿੰਟ ਦੱਸੋ, ਉਹ ਕਹਿ ਰਹੇ ਨਾ ਬਲੈਕਮੇਲ ਕਰਦੇ ਆ,
ਪਰ ਨਾਲ ਦੀ ਨਾਲ ਉਹ ਕਹਿ ਰਹੇ ਨੇ 75,000 ਰੁਪਏ ਟੈਕਸ ਭਰ ਰਹੇ। ਜੇ ਤੁਸੀਂ ਟੈਕਸ ਭਰ ਰਹੇ ਨਾ, ਮਤਲਬ ਇਹ ਤਾਂ ਨਹੀਂ ਵੀ ਤੁਸੀਂ ਜ਼ਹਿਰ ਵਾਲਾ ਪਾਣੀ ਸੱਟ ਕੇ ਲੋਕਾਂ ਨੂੰ ਮਾਰ ਦਿਓ। ਆਉਣ ਵਾਲੇ ਬੱਚੇ ਜੰਮਣ ਤੋਂ ਪਹਿਲਾਂ ਹੀ ਵਿਚਾਰੇ ਅਪਾਹਜ ਜੰਮ ਰਹੇ ਨੇ, ਕਿਸੇ ਨੂੰ ਕਾਲਾ ਪੀਲੀਆ ਹੋ ਰਿਹਾ, ਕਿਸੇ ਨੂੰ ਕੈਂਸਰ ਹੋ ਰਿਹਾ। ਵੀ ਇਹ ਤਾਂ ਨਹੀਂ, ਤੁਸੀਂ ਰੱਬ ਨਾਲ ਲੜ ਰਹੇ ਹੋ, ਤੁਸੀਂ ਜੰਗ ਜਿਹੜੀ ਉਹ ਕਹਿ ਰਹੇ ਨੇ ਨਾ। ਮੈਂ ਤਾਂ ਕਹਿੰਦੀ ਭਰਾਵੋ ਆਵੋ ਤੁਸੀਂ, ਤੁਹਾਨੂੰ ਇੱਕ ਵਾਰੀ ਤੁਸੀਂ ਪਿੰਡਾਂ ਦੇ ਵਿੱਚ ਜਿੱਥੇ ਬਿਮਾਰੀਆਂ ਫੈਲੀਆਂ ਤੁਸੀਂ ਜਾ ਕੇ ਦੇਖੋ ਇੱਕ ਵਾਰੀ, ਤੁਹਾਨੂੰ ਇਹ ਕਿਉਂ ਨਹੀਂ ਆਉਂਦਾ? ਉਹ ਜਾਂਦੇ ਹੋਣੇ ਆ ਨਾ ਪਹਾੜਾਂ 'ਚ, ਜਾਂਦੇ ਆ ਨਾ ਉਹ ਲੋਕ, ਉਹੀ ਪਾਣੀ ਉਹ ਪਹਾੜਾਂ 'ਚ ਕਿਉਂ ਨਹੀਂ ਦੇਖਦੇ? ਉਹੀ ਪਾਣੀ ਇੱਥੇ ਕਿਉਂ ਦੁਰਦਸ਼ਾ ਕਰਦੇ ਪਾਣੀ ਦੀ? ਇਹ ਹੋ ਰਹੀ ਸੀ ਮੈਪਿੰਗ, ਹੋ ਰਹੀ ਸੀ ਅੰਡਰਗਰਾਊਂਡ ਪੈ ਰਿਹਾ ਸੀ। ਇੱਕ ਬੰਦੇ ਨੇ ਸ਼ਹਿਰ 'ਚ ਇਹ ਨਹੀਂ ਪੁੱਛਿਆ ਵੀ ਤੁਸੀਂ ਸੜਕਾਂ ਦੇ ਥੱਲੇ ਇਹ ਕੀ ਕਰ ਰਹੇ ਹੋ, ਕਾਹਦੀ ਡਰਿਲਿੰਗ ਕਰ ਰਹੇ ਹੋ? ਉਹਨਾਂ ਕੋਲ ਟਾਈਮ ਹੀ ਨਹੀਂ ਹੈ, ਉਹ ਰੋਜ਼ੀ ਰੋਟੀ ਕਮਾ ਰਹੇ ਨੇ। ਮੈਂ ਇੱਕ ਮੈਂ ਕਿਹਾ ਵੀ ਇਹ ਤਾਂ ਉਹ ਸਿਸਟਮ ਸ਼ੁਰੂ ਹੋ ਗਿਆ, ਹੁਣ ਅਸੀਂ ਵੀ ਨਹਿਰ ਦਾ ਪਾਣੀ ਪੀਵਾਂਗੇ। ਮੁਗਲ ਰਾਜ ਤੋਂ ਵੀ ਭੈੜਾ ਰਾਜ ਆ ਗਿਆ। ਮੁਗਲ ਰਾਜ ਤਾਂ ਸਾਨੂੰ ਪਛਾਣ ਆਉਂਦੀ ਸੀ ਬਈ ਕੌਣ ਆ। ਹੁਣ ਭਾਈ ਬਚਿੱਤਰ ਸਿੰਘ ਨੂੰ ਸਾਰਿਆਂ ਜਾਣਦੇ ਆ ਇਤਿਹਾਸ, ਭਾਈ ਹੱਠੂ ਜੀ ਕਿਉਂ ਨਹੀਂ ਜਾਣਦਾ? ਜਿਹਨੇ ਦੇਖ ਲਓ ਉਹਨੇ ਐਮ ਸਾਹਿਬ ਅਬਦਾਲੀ ਨੇ ਪਰਚਾ ਪਾਇਆ ਸੀ ਭਾਈ ਹੱਠੂ ਜੀ 'ਤੇ, ਬਈ ਤੂੰ ਹਾਥੀ ਨਾਲ ਲੜ ਕੇ ਦਿਖਾ, ਕਿਹਾ ਸੀ ਨਾ ਉਹਨਾਂ ਨੇ ਹਾਥੀ ਨਾਲ ਲੜ ਕੇ ਦਿਖਾਇਆ। ਹਾਥੀ ਦੀ ਪਿਛਲੀ ਟੰਗ ਦੇ ਉੱਤੇ ਇੱਕ ਵਾਰੀ ਮਾਰਿਆ, ਹਾਥੀ ਭੁਸਰਿਆ ਹੋਇਆ ਆਇਆ ਉਹਨਾਂ ਵੱਲ ਨੂੰ, ਉਹਨਾਂ ਨੇ ਸੁੰਡ ਵੜਤੀ। ਪਰ ਇਹ ਗੱਲ ਐਵੇਂ ਵੱਲ ਨਹੀਂ ਲੈ ਕੇ ਜਾਣੀ ਚਾਹੀਦੀ, ਭਾਈ ਮਾਰ ਜੰਗ ਨਹੀਂ ਕਰਾਉਣੀ ਚਾਹੀਦੀ। ਅਸੀਂ ਜੰਗ ਕਿਸੇ ਨਾਲ ਨਹੀਂ ਕਰਨੀ ਚਾਹੁੰਦੇ, ਜਿਵੇਂ ਉਹ ਕਹਿੰਦੇ ਆ ਨਾ ਵੀ ਸਾਡਾ 1,00,000 ਬੰਦਾ ਤਿਆਰ ਹੋਊਗਾ, ਸਾਡਾ ਐਂ ਹੋਊਗਾ ਜੇ ਹੋਊਗਾ। ਉਹ ਭਰਾਵੋ ਇਹ ਗੱਲ ਕਿਉਂ ਕਰਦੇ ਹੋ ਤੁਸੀਂ? ਕਿਉਂ ਇੱਕ ਤਾਂ ਹੁਣ ਪਾਣੀ ਨਾਲ ਮਾਰ ਰਹੇ ਹੋ, ਇੱਕ ਤੁਸੀਂ ਹੁਣ ਹਥਿਆਰਾਂ ਨਾਲ ਮਾਰਨੇ ਲੋਕ? ਬਈ ਕਮਾਲ ਆ, ਅਸੀਂ ਕੋਈ ਆਵਾਜਾਈ ਬੰਦ ਕਰਨੀ ਹੈ ਨਾ, ਅਸੀਂ ਕਿਸੇ ਨੂੰ ਪਰੇਸ਼ਾਨ ਕਰਨਾ, ਅਸੀਂ ਆਪਦਾ ਸਿਰਫ ਦੁੱਖ ਦੱਸ ਰਹੇ। ਨਸਲਾਂ ਨੂੰ ਵੀ ਜਿਉਣ ਦੇਵੋ, ਆਉਣ ਵਾਲੀ ਕੁੱਲ ਬਾਰੇ ਸੋਚੋ, ਪਾਣੀ ਦੇ ਉਸ ਰੂਪ ਨੂੰ ਦੁਬਾਰੇ ਦੇਖੋ ਵੀ ਉਹ ਪਾਣੀ ਦਾ ਰੂਪ ਕੀ ਬਣ ਰਿਹਾ, ਕਿਵੇਂ ਮੱਛੀਆਂ ਤੜਫ ਕੇ ਮਰ ਰਹੀਆਂ, ਕਿਵੇਂ ਉਹ 'ਚ ਜੀਵ ਜੰਤ ਮਰ ਰਿਹਾ, ਕਿਵੇਂ ਚਿੱਟਾ ਸੋਹਣਾ ਚਾਂਦੀ ਵਰਗਾ ਪਾਣੀ ਜਿਹਦੇ ਕੋਲ ਹੁਣ ਅਸੀਂ ਖੜ ਨਹੀਂ ਸਕਦੇ। ਉਹ ਦਰਦ ਨਹੀਂ, ਉਹ ਪਾਣੀ ਦਾ ਦਰਦ ਹੀ ਸੁਣ ਲਓ, ਬਾਕੀ ਸਾਡਾ ਅਰਗਰ ਮਾਰੋ ਗੋਲੀ ਇੱਕ ਵਾਰੀ ਮਾਰ ਦਿਓ, ਕੰਮ ਨਿਬੇੜੋ ਸਾਰਿਆਂ ਦਾ। ਐਵੇਂ ਥੋੜ੍ਹੀ ਹੁੰਦਾ ਵਾ ਵੀ ਤੁਸੀਂ ਕੁਦਰਤ ਦੇ ਰੂਪਾਂ ਨੂੰ ਫਾਹਾ ਵੱਢੀ ਚਲੋ ਵੱਢੀ ਚਲੋ, ਫਿਰ ਸੱਚੇ ਹੋ ਤੁਸੀਂ, ਫਿਰ ਸੱਚੇ ਭਾਈ? ਅਸੀਂ ਤਾਂ ਕਹਿੰਦੇ ਨਹੀਂ, ਮੈਟਰ ਹੈ ਇਹ, ਬਹੁਤ ਸੀਰੀਅਸ ਮੈਟਰ ਹੈ ਇਹ, ਤੁਹਾਡਾ ਵੀ ਮੈਟਰ ਹੈ ਇਹ, ਇਹ ਇਹ ਜਿਹੜੇ ਸਾਡੇ ਪ੍ਰਸ਼ਾਸਨ ਵਾਲੇ ਇਹਨਾਂ ਦਾ ਵੀ ਮੈਟਰ ਹੈ, ਪਾਣੀ ਸਭ ਨੇ ਪੀਣਾ। ਭਗਵੰਤ ਮਾਨ ਕਹਿੰਦਾ ਵੀ ਰੰਗਲਾ ਪੰਜਾਬ ਬਣਾਉਣਾ, ਰੰਗਲਾ ਪੰਜਾਬ ਐ ਤਾਂ ਨਹੀਂ ਬਣਨਾ ਜੀ, ਭਗਵੰਤ ਮਾਨ ਜੀ ਕਹਿੰਦੇ ਰੰਗਲਾ ਪੰਜਾਬ ਬਣਨਾ, ਰੰਗਲਾ ਪੰਜਾਬ ਐ ਤਾਂ ਨਹੀਂ ਪਾਣੀ ਦੇ ਮੁੱਦੇ ਤੇ ਮੀਟਿੰਗ। ਵੱਡੀ ਗੱਲ ਹੈ, ਤੁਸੀਂ ਪਾਣੀ ਦੀ ਗੱਲ, ਪਾਣੀ ਦੀ ਲੜਾਈ ਲੜ ਰਹੇ ਹੋ, ਪਿੱਛੇ ਵਾਟਰ ਕੈਨਨ ਖੜੀ ਕਰ ਦਿੱਤੀ ਗਈ ਆ ਵੀ ਪਾਣੀ ਹੋਈ, ਪਾਣੀ ਦੀ ਤੁਸੀਂ ਲੜਾਈ ਲੜਨ ਆਏ ਹੋ, ਪਾਣੀ ਤੁਹਾਡੇ ਤੇ ਮਾਰਨਾ ਚਾਹੀਦਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕਪੜਾ ਸਾਫ ਭਰਿਆ ਹੋਣਾ ਇਹਨਾਂ ਨੇ ਕਿਸੇ ਨਾਲੇ ਤੋਂ ਪਹਿਲਾਂ, ਗੁਰੂ ਸਾਹਿਬ ਸਾਰਾ ਡਾਟਾ ਲਿਖ ਕੇ ਪਾਉਂਦੇ ਆ ਨਾ। ਮੈਨੂੰ ਦੱਸੋ ਵੀ ਮੌਤ ਕਿਹਨੇ ਹੱਥ 'ਚ ਵੜੀ ਆ, ਫੜੀ? ਐਡੇ ਐਡੇ ਸਰਜਨ ਜਿਹੜੇ ਦੁਨੀਆਂ 'ਤੇ ਕਹਿੰਦੇ ਕਹਾਉਂਦੇ ਡਾਕਟਰ, ਉਹਨਾਂ ਨੇ ਮੌਤ ਫੜੀ? ਮੌਤ ਸਿਰ ਅਕਾਲ ਪੁਰਖ ਦੇ ਹੱਥ 'ਚ ਆ, ਸਾਨੂੰ ਕੁਦਰਤ ਦੇ ਰੂਪ ਦਾ ਦਰਦ ਲੱਗਦਾ ਅਤੇ ਆਉਣ ਵਾਲੀਆਂ ਨਸਲਾਂ ਅਤੇ ਹੁਣ ਤੜਫ ਰਹੇ ਲੋਕਾਂ ਦਾ ਦਰਦ ਆ। ਹੋਰ ਭਰਾਵੋ ਸਾਡੀ ਪੁੱਤਰੋ ਕਿਸੇ ਨਾਲ ਲੜਾਈ ਨਹੀਂ, ਕਿਸੇ ਨਾਲ ਦੁਸ਼ਮਣੀ ਨਹੀਂ, ਕਿਸੇ ਨੂੰ ਕੁਛ ਨਹੀਂ, ਕਹਿੰਦੇ ਕੁਦਰਤ ਦੇ ਰੂਪ ਨੂੰ ਖਰਾਬ ਨਾ ਕਰੋ, ਆਉਣ ਵਾਲੀਆਂ ਨਸਲਾਂ ਦੇ ਫਿਊਚਰ ਬਾਰੇ ਸੋਚੋ। ਮੈਂ ਤਾਂ ਇਹੀ ਕਹੂੰਗੀ, ਮੌਤ ਜਨਮ ਰੱਬ ਦੇ ਹੱਥ 'ਚ ਆ, ਪਰ ਜਾਣ ਕੇ ਇਹਨੂੰ ਇਹਨੂੰ ਆਪਾਂ ਰੱਬ ਦੇ ਨਾਲ ਵੈਰ ਪਾਉਣਾ ਕਹਿੰਦੇ ਹਾਂ, ਜਦੋਂ ਅਸੀਂ ਕੁਦਰਤ ਦੇ ਖਿਲਵਾੜ ਕਰਕੇ ਅਸੀਂ ਜਿਉਂਦੇ ਜੀਆਂ ਨੂੰ ਜ਼ਬਰਦਸਤੀ ਜ਼ਹਿਰ ਦੇ ਰਹੇ। ਭਗਵੰਤ ਮਾਨ ਤਾਂ ਆਪ ਵੀ ਕਹਿੰਦਾ ਹੁੰਦਾ ਤਾ ਵੀ ਉਹ ਕੈਂਸਰ ਦਾ ਇਲਾਜ ਆ ਬੁੱਢਾ ਨਾਲਾ ਬੰਦ ਕਰੋ, ਹੁਣ ਕਦੇ ਨਹੀਂ ਹੋ ਰਿਹਾ? ਉਹਨਾਂ ਦੇ ਵੀ ਸਾਰੇ ਨਹੀਂ, ਉਹ ਉਹਨਾਂ ਨੇ ਆਪਾਂ ਨੂੰ ਨਾਲ ਲੈ ਕੇ ਚੱਲਣਗੇ ਤਦ ਹੀ ਕੰਮ ਹੋਊਗਾ। ਇਹ ਅੱਡ ਅੱਡ ਕੁਛ ਨਾ ਸਰਕਾਰ ਕੁਛ ਕਰ ਸਕਦੀ ਹੈ, ਅਸੀਂ ਸਭ ਲੋਕਾਂ ਨੇ ਮਿਲ ਕੇ ਕਰਨਾ, ਸਰਕਾਰ ਦੇ ਨਾਲ ਮਿਲ ਕੇ ਕਰਾਂਗੇ, ਉਹਨਾਂ ਨੂੰ ਜਿੰਨਾ ਸਹਿਯੋਗ ਦਿੱਤਾ ਅਸੀਂ ਦੇਵਾਂਗੇ, ਪਰ ਸਾਨੂੰ ਅਸੀਂ ਦਿਖਾ ਤਾਂ ਦੇਈਏ ਵੀ ਸਾਡਾ ਅਸੀਂ ਗੰਦ ਪੀ ਰਹੇ ਨੇ। ਆਉਣਾ ਚਾਹੀਦਾ ਜੀ ਇਸ ਮੁੱਦੇ, ਉਹਨਾਂ ਨੂੰ ਵੀ ਸਾਡੇ ਇਹ ਕਿਸੇ ਦਾ ਪਰਸਨਲ ਮੁੱਦਾ ਨਹੀਂ, ਪਾਣੀ ਉਹਨਾਂ ਨੇ ਵੀ ਪੀਣਾ, ਪਾਣੀ ਸਭ ਨੇ ਪੀਣਾ, ਧਰਨੇ ਤੇ ਬੈਠੇ। ਇਹ ਕੋਈ ਸ਼ਾਂਤਮਈ ਤਰੀਕੇ ਨਾਲ ਇਹ ਗੱਲ ਹੋਣੀ ਚਾਹੀਦੀ ਸੀ ਕਿ ਜਿਹੜੀ ਕਿ ਅੱਜ ਇਹਨੇ ਪੁਲਿਸ ਦਾ ਕੋਈ ਮਤਲਬ ਹੀ ਨਹੀਂ ਬੁਲਾਉਣ ਦਾ ਜੀ, ਇਹ ਤਾਂ ਇੱਕ ਮੀਟਿੰਗ ਰੱਖੀ ਗਈ ਪਾਣੀ ਵੈਸ ਤੇ ਬੁੱਢੇ ਨਾਲੇ ਦੇ, ਇਸ ਵਿੱਚ ਪੁਲਿਸ ਦਾ ਤਾਂ ਕੋਈ ਰੋਲ ਹੀ ਨਹੀਂ।
ਉਰੇ ਕਿਹੜਾ ਕੋਈ ਆਪਾਂ ਗੁੰਡਾਗਰਦੀ ਦਾ ਨੰਗਾ ਨਾਚ ਕਰਨਾ, ਇਹ ਤਾਂ ਇੱਕ ਮੁੱਦੇ 'ਤੇ ਬਹਿਸ ਕਰਨ ਲਈ ਮੀਟਿੰਗ ਹੋਣੀ ਚਾਹੀਦੀ ਸੀਗੀ। ਇਹ ਤਾਂ ਉਰੇ ਪੁਲਿਸ ਛਾਉਣੀ 'ਚ ਤਬਦੀਲ ਹੋ, ਜਿਸ ਤਰ੍ਹਾਂ ਕੋਈ ਮਤਲਬ ਹਥਿਆਰ ਲੈ ਕੇ ਆਇਆ ਹੁੰਦਾ ਤਾਂ ਐਂ ਪੁਲਿਸ ਡਿਟੇਨ ਕਰ ਰਹੀ ਹੈ। ਦੇ ਦੇਣਾ ਜਵਾਬ ਬਲੈਕਮੇਲ ਹੋਣ ਦਾ, ਆਹ ਬੱਚਾ ਹੁਣ ਵਿਕਣਾ ਆ ਸਾਡੇ ਵੀਰ ਸਾਡੇ ਪੁੱਤ ਨੂੰ ਲੱਖੇ ਨੂੰ ਤਾਂ ਕਹਿ ਤੋਂ ਆਏ ਆ ਵੀਰ ਜੀ, ਚਮਕੌਰ ਸਾਹਿਬ ਤੋਂ, ਮੇਰਾ ਪਿੰਡ ਬੇਲਾ ਹੈ ਚਮਕੌਰ ਸਾਹਿਬ ਦੇ ਨਾਲ, ਅਸੀਂ ਜਾ ਰਹੇ, ਅਸੀਂ ਦੇਖਿਆ ਵੀ ਕਿਆ ਹੋ ਗਿਆ, ਪੁੱਛਿਆ ਵੀ ਕਾਹਤੇ ਦਾ ਧਰਨਾ ਲੱਗਿਆ ਵਾ, ਤਾਂ ਉਹ ਕਹਿੰਦੇ ਵੀ ਉਰੇ ਪਾਣੀਆਂ ਦਾ ਮੁੱਦਾ ਸੀਗਾ ਵੀ ਰੁਕ ਕੇ ਸਾਨੂੰ ਰੁਕਣਾ ਚਾਹੀਦਾ, ਮੈਨੂੰ ਲੁਧਿਆਣੇ ਕੰਮ ਸੀਗਾ, ਮੈਂ ਉਰੇ ਚਮਕੌਰ ਸਾਹਿਬ ਤੋਂ ਆਇਆ ਵਾਹੇ ਦਰਾਏ ਨੂੰ ਹੋ ਕੇ, ਅਤੇ ਮੈਂ ਕਿਹਾ ਵੀ ਉਰੇ ਕਿਆ ਹੋ ਗਿਆ, ਪੁਲਿਸ ਕਾਹਤੇ ਖੜੀ ਹੈ ਨਹੀਂ, ਜਦ ਦੇਖਿਆ ਕਹਿੰਦੇ ਵੀ ਉਰੇ ਪਾਣੀ ਦਾ ਮੁੱਦੇ ਦੇ ਵਿੱਚ ਮੀਟਿੰਗ ਆ, ਅਤੇ ਇਸ ਕਰਕੇ ਤਾਂ ਸਾਨੂੰ ਰੁਕਣਾ ਪਿਆ ਜੀ। ਬਠਿੰਡੇ ਤੋਂ ਆਏ ਹੋ, ਬਠਿੰਡੇ ਦੀ ਗੱਲ ਇਹ ਵੀ ਹੈ, ਬਠਿੰਡੇ ਤੋਂ ਕਿਹਾ ਜਾਂਦਾ ਵੀ ਪਾਣੀ ਜਿਹੜਾ ਹੈ ਇੰਨਾ ਕੁ ਵੀ ਗੰਦਲਾ ਹੋ ਚੁੱਕਾ, ਉੱਥੇ ਕੈਂਸਰ ਕੈਪੀਟਲ ਬਣ ਚੁੱਕਾ ਬਹੁਤ, ਪਾਣੀ ਪੀਤਾ ਹੋਇਆ। ਮੇਰੇ ਪਿੰਡ ਦੇ ਵਿੱਚ 90% ਲੋਕ ਹੈਪੇਟਾਈਟਸ ਸੀ ਅਤੇ ਕੈਂਸਰ ਨਾਲ, ਸਾਡੀ ਜਿਹੜੀ ਟ੍ਰੇਨ ਜਾਂਦੀ ਹੈ ਬੀਕਾਨੇਰ ਮੇਰੇ ਪਿੰਡ 'ਚੋਂ ਜਾਂਦੀ ਆ, ਉਹ ਮੇਰੇ ਪਿੰਡ 'ਚੋਂ ਜਾਂਦੀ ਹੈ, ਠੀਕ ਹੈ। ਕਦੇ ਕੋਈ ਕਹਿ ਦਿੰਦਾ ਟਾਲੀਆਂ ਦੇ ਪੱਤੇ ਪੀ ਲਓ ਜੀ, ਉੱਥੇ ਲੋਕ ਮੈਨੂੰ ਪਤਾ ਪਿੰਡ ਦੀ ਗੱਲ ਨਹੀਂ ਹੈਗੀ, ਪੂਰੇ ਪੰਜਾਬ ਦੀ ਹਾਲਾਤ ਹੋ ਰਿਹਾ, ਜੇ ਅੱਜ ਉਹ ਪਿੰਡ ਹੋ ਰਿਹਾ ਨਾ, ਉਹ ਵੀ ਆਪਣੇ ਪੰਜਾਬ ਦਾ ਪਿੰਡ ਆ, ਕੱਲ੍ਹ ਨੂੰ ਆਪਣਾ ਲੁਧਿਆਣਾ ਵੀ ਹੋਊਗਾ, ਜਲੰਧਰ ਵੀ ਹੋਊਗਾ, ਕਪੂਰ, ਸਾਰਾ ਪੰਜਾਬ ਇਹਦੀ ਚਪੇਟ 'ਚ ਹੋਣਾ। ਜੇ ਆਪਾਂ ਕਹੀਏ ਨਾ ਪਿੰਡੋਂ ਆਇਆ ਉਹਨਾਂ ਨੂੰ ਦਰਦ ਆ, ਅਸੀਂ ਲੁਧਿਆਣੇ ਰਹਿੰਦੇ ਆ, ਸਾਨੂੰ ਪਤਾ ਇਹ ਅੱਗ ਸਾਡੇ ਵੱਲ ਵੀ ਆਉਣੀ ਆ, ਇਹ ਅੱਗ ਸਿੱਧਰ ਉੱਧਰ ਨਹੀਂ ਰਹਿਣੀ, ਇਹ ਸਾਰਿਆਂ ਨੇ ਆਉਣੀ ਹੈ, ਪੂਰੇ ਪੰਜਾਬ 'ਚ ਆਉਣੀ ਆ। ਇਹ ਤਾਂ ਮਤਲਬ ਕਿ ਜਦੋਂ ਆਪਾਂ ਨੂੰ ਪਤਾ ਆ ਵੀ ਇਹਦੇ ਨਾਲ ਆਪਾਂ ਨੂੰ ਇੰਨਾ ਪ੍ਰੋਬਲਮ ਆ ਰਹੀ ਆ, ਇੰਨੇ ਆਪਣੇ ਪੰਜਾਬ ਦੇ ਵਾਸੀ ਕੈਂਸਰ ਨਾਲ ਮਰ ਰਹੇ ਆ, ਜਾਂ ਆਉਣ ਵਾਲੇ ਬੱਚੇ ਪੈਦਾ ਹੋ ਰਹੇ ਆ ਉੱਦਾਂ ਦੇ, ਅਤੇ ਆਪਾਂ ਉਹਨੂੰ ਕਿਉਂ ਨਾ ਕੰਟਰੋਲ ਕਰੀਏ। ਗੌਰਮੈਂਟਾਂ ਕਾਹਦੇ ਲਈ ਹੁੰਦੀਆਂ, ਗੌਰਮੈਂਟਾਂ ਸਿਰਫ ਇਸੇ ਲਈ ਆ ਕਿ ਜਿਹੜਾ ਆਵਾਜ਼ ਉਠਾਵੇ ਉਹਨੂੰ ਚੱਕੋ, ਡੰਡੇ ਮਾਰੋ, ਗੱਡੀ 'ਚ ਲੱਦੋ ਅਤੇ ਲੈ ਜਾਓ ਥਾਣੇ, ਇਹੀ ਚੱਲ ਰਿਹਾ ਨਾ। ਜੇ ਕੋਈ ਆਵਾਜ਼ ਉਠਾਉਂਦਾ ਮੂਹਰੇ ਆਉਂਦਾ, ਉਹਨੂੰ ਆਉਣ ਨਹੀਂ ਦਿੰਦੇ। ਉਹ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ 500 ਸਾਲ ਪਹਿਲਾਂ ਕਹਿਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਮਤਲਬ ਪਾਣੀ ਦਾ ਦਰਜਾ, ਪਿਤਾ ਦਾ ਦਰਜਾ ਦਿੱਤਾ। ਨਾ ਪਾਣੀ ਦਾ ਫਿਕਰ ਆ ਸਾਡੇ ਪਿਓ ਦਾ, ਨਾ ਪਵਨ ਦਾ ਫਿਕਰ ਆ ਜਿਹੜਾ ਸਾਡਾ ਗੁਰੂ ਸੀ, ਨਾ ਜਿਹੜੀ ਧਰਤ ਮਹੱਤ ਆ ਨਾ ਉਹਦਾ ਫਿਕਰ ਆ, ਕਹਿਣ ਜੋਗੇ ਰਹਿ ਗਏ, ਸੁਣਨ ਜੋਗੇ ਰਹਿ ਗਏ। ਇਹ ਤਾਂ ਵਿਚਾਰ ਵਟਾਂਦਰਾ ਜਿਹੜਾ ਹੋਣਾ, ਅੱਜ ਕੀ ਹੋਣਾ ਸੀ, ਅੱਜ ਸਿਰਫ ਪੁੱਤਰਾ ਇੱਕ ਵਿਚਾਰ ਹੀ ਹੋਣੀ ਸੀ ਨਾ ਭਲਾਂ ਦੀ, ਜੇ ਸਮਝਦਾਰੀ ਤੋਂ ਕੰਮ ਲੈਂਦੇ, ਉਹਨਾਂ ਨੂੰ ਵੀ ਇੱਥੇ ਬੁਲਾਉਂਦੇ, ਇਹਨਾਂ ਨੂੰ ਵੀ ਬੁਲਾਉਂਦੇ, ਬਹਿ ਕੇ ਚਾਹੇ ਉੱਥੇ ਆਲੇ ਦੁਆਲੇ ਸਕਿਉਰਟੀ ਖੜੀ ਕਰ ਦਿੰਦੇ, ਇੰਨਾ ਕੁਛ ਕਰਨ ਦੀ ਤਾਂ ਲੋੜ ਹੀ ਨਹੀਂ ਸੀਗੀ। ਇਹੀ ਵਿਚਾਰੇ ਜਿੱਥੇ ਡਿਊਟੀਆਂ ਸੀ ਉਹਨਾਂ ਦੀਆਂ ਨਿਭਾਉਣ ਦਿੰਦੇ, ਇਹਨਾਂ ਨੂੰ ਥਾਣਿਆਂ ਦੇ ਵਿੱਚ ਜਾਣ, ਅਗਲੇ ਕੰਮ ਕੁੰਮ ਕਰਨ, ਇਹਨਾਂ ਦਾ ਕੰਮ ਤਾਂ ਫਿਰ ਕਰਨ ਨਹੀਂ ਦਿੰਦੇ ਇਹਨਾਂ ਨੂੰ। ਉੱਥੇ ਬਿਠਾਉਂਦੇ, ਚਰਚਾ ਹੁੰਦੀ ਵੀ ਆਪਾਂ ਇਸ ਮਸਲੇ ਦਾ ਹੱਲ ਕਿਵੇਂ ਕੀਤਾ ਕਰੀਏ। ਜਦੋਂ ਇੰਟਰਨੈਸ਼ਨਲ ਪੋਲਿਊਸ਼ਨ ਬੋਰਡ ਨੇ ਵੀ ਹੱਲ ਕੱਢਤਾ, ਸਟੇਟ ਪੋਲਿਊਸ਼ਨ ਬੋਰਡ ਨੇ ਵੀ ਕੱਢਤਾ, ਫਿਰ ਹੁਣ ਇਹਨਾਂ ਦੇ ਸਿਰ 'ਤੇ ਕੰਮ ਰਹਿ ਗਏ ਸੀ, ਇਹ ਕਰ ਦਿੰਦੇ, ਫਿਰ ਐਡਾ ਤਾਂ ਕੋਈ ਵੱਡਾ ਮਸਲਾ ਨਹੀਂ ਸੀ ਜਿੰਨਾ ਆਹ ਸਾਰਾ ਕੁਛ ਹੋਇਆ ਵਾ। ਮੈਂ ਤਾਂ ਕਹਿੰਦੇ ਫਿਰ ਵੀ ਅਜੇ ਜਿਉਂਦੇ ਰਹੋ, ਤੁਸੀਂ ਜਿਉਂਦੇ ਰਹੋ, ਵਾਰ ਵਾਰ ਮੈਂ ਕਹਿੰਦੀ ਜਿਉਂਦੇ ਰਹੋ, ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਹੋ, ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ, ਜਿਹੜੇ ਮੀਡੀਆ ਚੱਕ ਕੇ ਤੁਰੇ ਫਿਰ, ਜਿਹੜਾ ਸਾਨੂੰ ਕਹਿੰਦੇ ਤੁਹਾਨੂੰ ਕੀ, ਧੰਨਵਾਦ ਆ ਤੁਹਾਡਾ ਪੁੱਤਰ, ਬਹੁਤ ਧੰਨਵਾਦ। ਰੀਸਾਈਕਲ ਸਭ ਕੁਛ ਹੋ ਸਕਦਾ, ਜੇ ਫੈਕਟਰੀਆਂ ਵਾਲੇ ਕਰੋੜਾਂ ਰੁਪਏ ਕਮਾਉਂਦੇ ਆ, ਉਹਨਾਂ ਨੂੰ ਟ੍ਰੀਟਮੈਂਟ ਪਲਾਂਟ ਲਗਾਉਣੇ ਚਾਹੀਦੇ ਆ। ਸੀਟੀਪੀ ਪਲਾਂਟ ਲੱਗਿਆ ਹੋਇਆ, ਸੀਟੀਪੀ ਪਲਾਂਟ ਦੇ ਵਿੱਚ ਹੀ ਸਰਦਾ ਨਹੀਂ, ਉਹਦੀ ਕਪੈਸਿਟੀ ਓਨੀ ਨਹੀਂ ਹੈ। ਜਿਸ ਤਰ੍ਹਾਂ ਬਾਹਰਲਾ ਸਿਸਟਮ ਹੈ ਨਾ, ਜਦੋਂ ਅਸੀਂ ਹੁਣ ਕੰਪੇਅਰ ਤਾਂ ਅਸੀਂ ਬਹੁਤ ਵੱਡੀ ਕੋਮਨ ਇਕੋਨੋਮੀ ਨੂੰ ਕਰ ਰਹੇ ਹਾਂ, ਉਸੇ ਵੇਸ ਤਾਂ ਸਾਨੂੰ ਵੀ ਉਹੀ ਕੰਮ ਕਰ, ਉਹੀ ਸਿਸਟਮ ਲਿਆਉਣਾ ਪਊਗਾ। ਨਾਲੇ ਸੀਟੀਪੀ ਪਲਾਂਟ ਦਾ ਪਾਣੀ ਦਰਿਆਵਾਂ 'ਚ ਨਹੀਂ ਪਾ ਸਕਦੇ, ਰੀਯੂਜ਼ ਕਰ ਸਕਦੇ, ਰੀਯੂਜ਼ ਕਰ ਸਕਦੇ ਆ, ਬਿਲਕੁਲ। ਅੱਛਾ ਪਾਣੀ ਆਹੋ, ਇਹ ਕਹਿੰਦੇ ਨਾ ਵੀ ਅੱਛਾ ਪਾਣੀ ਹੋ ਗਿਆ ਤਾਂ ਰੀਯੂਜ਼ ਕਰੋ, ਬਿਲਕੁਲ ਉਹਨਾਂ ਨੂੰ ਕਰਨਾ ਚਾਹੀਦਾ। ਪਾਣੀ ਹੋ ਰਿਹਾ ਆਪਣੇ ਪੰਜਾਬ 'ਚ ਵਿੱਚ, ਇਹ ਪਾਣੀ ਰੁਕਣਾ ਚਾਹੀਦਾ ਜੀ। ਇੱਕ ਮੈਂ ਥੋੜ੍ਹੀ 4 ਲਾਈਨਾਂ ਬੋਲਣ ਲੱਗਿਆ ਜੀ, ਕਹਿੰਦਾ ਬੁੱਢੇ ਦਰਿਆ ਦੇ ਕੰਢੇ ਹੋਏ ਜੇ ਇਕੱਠੇ ਨਾ, ਗੰਦੇ ਪਾਣੀ ਨੂੰ ਮਿੱਤਰੋ ਮਾਰੇ ਜੇ ਨੱਕੇ ਨਾ, ਆਪਾਂ ਉਹਨੂੰ ਮਾਫ ਨਹੀਂ ਕਰਨਾ। ਆਪਣੀਆਂ ਨਸਲਾਂ ਨੇ ਜੰਮ ਧਰਤੀ ਨੇ ਕੈਂਸਰ ਜੰਮਣਾ, ਜੰਮਣਾ ਨਹੀਂ ਫਸਲਾਂ ਨੇ, ਇੱਥੇ ਫਸਲ ਨਹੀਂ ਹੋਣੀ ਭਾਈ, ਕੈਂਸਰ ਹੋਇਆ ਕਰੂਗਾ। ਤੋ ਸਾਰੇ ਸੰਗਤ ਨੂੰ ਮੈਂ ਪੰਜਾਬ ਨੂੰ ਪੂਰੀ ਅਪੀਲ ਕਰਦਾ, ਭਗਵੰਤ ਨੂੰ ਖਾਸ ਕਰਕੇ ਵੀ ਭਾਈ, ਤੂੰ ਤਾਂ ਪਹਿਲਾਂ ਗੱਲਾਂ ਕਰਦਾ ਹੁੰਦਾ ਸੀ,
ਵੀ ਪਾਣੀ ਆਪਾਂ ਰੋਕਣਾ, ਪਾਣੀ ਬੰਦ ਕਰੀਏ। ਬੁੱਢੇ ਨਾਲ ਖੜ ਕੇ ਆ ਕੇ ਰੌਲਾ ਪਾਉਣਾ ਸੀ, ਅੱਜ ਕਿੱਥੇ ਬੈਠਾ ਤੂੰ, ਅੱਜ ਆ ਉਰੇ। ਅੱਜ ਤੋਂ ਪੁਲਿਸ ਕਰੀ ਆਇਆ ਅਸੀਂ, ਇੱਥੇ ਤੋਂ ਕੋਈ ਬੰਬ ਸਿੱਟਣ ਨਹੀਂ ਆਏ ਅਸੀਂ, ਅਸੀਂ ਆਪਦਾ ਪਾਣੀ ਬਚਾਉਣ ਆਏ ਹਾਂ। ਭਗਵੰਤ ਮਾਨ ਸਾਹਿਬ ਬੇਨਤੀ ਆ ਵੀ ਤੁਸੀਂ ਸਾਨੂੰ ਇਕੱਠੇ ਹੋਣ ਦਿਓ ਅਤੇ ਜੋ ਫੈਕਟਰੀ ਵਾਲੇ ਗੰਦ ਪਾ ਰਹੇ ਉਹਨਾਂ ਨੂੰ ਰੋਕੋ ਜੀ। ਸੱਦਾ ਦਿੰਦੇ ਹਾਂ ਵੀ ਤੁਸੀਂ ਵੀ ਸਾਡੇ ਨਾਲ ਆਓ, ਜੇ ਤੁਹਾਨੂੰ ਵੀ ਕਿਸੇ ਦੀ ਬੰਦਿਸ਼ ਹੈ ਤਾਂ ਆਪਾਂ ਰਲ ਮਿਲ ਕੇ ਬੰਦਿਸ਼ਾਂ ਕੱਢਾਂਗੇ। ਹੁਣ ਤੁਹਾਡੇ ਹੋ ਸਕਦਾ ਤੁਹਾਨੂੰ ਵੀ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਆਪਦੀ ਦੱਸੋ, ਅਸੀਂ ਆਪਦੀ ਦੱਸਾਂਗੇ ਵੀ ਆਹ ਪ੍ਰੋਬਲਮ ਹੈ, ਸਾਨੂੰ ਤਾਂ ਕਰਕੇ ਹੱਲ ਨਹੀਂ ਹੋ ਰਿਹਾ। ਦੇਖ ਸਕਦੇ ਹੋ ਵੀ ਜ਼ਰੂਰ ਕੁਛ ਕੁ ਲੋਕ ਜਿਹੜੇ ਇੱਥੋਂ ਨਿਕਲ ਰਹੇ ਸੀ ਉਹ ਵੀ ਆਏ ਨੇ, ਪਰ ਕਿਸ ਹਿਸਾਬ ਨਾਲ ਲੋਕਾਂ ਨੂੰ ਜਿਹੜੇ ਲੱਗਦਾ ਇਹਨਾਂ ਨੂੰ ਸ਼ੱਕੀ ਲੋਕ ਨੇ ਉਹਨਾਂ ਨੂੰ ਡਿਟੇਨ ਵੀ ਜਿਹੜਾ ਹੈ ਉਹ ਲਗਾਤਾਰ ਕੀਤਾ ਜਾ ਰਿਹਾ। ਤਾਂ ਤਸਵੀਰ ਤੁਹਾਡੇ ਨਾਲ ਇਸ ਸਮੇਂ ਵੇਰਕਾ ਮਿਲਕ ਪਲਾਂਟ ਤੋਂ। ਹੁਣ ਅਸੀਂ ਨਹਿਰ ਵੱਲ ਨੂੰ ਆ ਗਏ ਹਾਂ, ਜਿਹੜੀ ਇੱਥੇ ਨਹਿਰ ਹੈ ਉੱਥੋਂ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੀ ਕਿਸ ਹਿਸਾਬ ਨਾਲ ਜਿਹੜੇ ਆ ਉਹ ਪੁਲਿਸ ਦੇ ਪ੍ਰਬੰਧ ਜਿਹੜੇ ਆ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਤਾਂ ਇੱਕ ਵਾਰੀ ਪਾਣੀ ਦੀ ਗੱਲ ਹੈ ਤਾਂ ਪਾਣੀ ਦੀ ਤਸਵੀਰ ਜ਼ਰੂਰ ਦਿਖਾ ਦਿੱਤੀ ਜਾਵੇ। ਜ਼ਰੂਰ ਹੈ ਨਹਿਰ ਹੈ, ਇਹ ਨਹਿਰ ਦਾ ਪਾਣੀ ਆ, ਪਰ ਇਹ ਵੀ ਅਸੀਂ ਕਿੰਨਾ ਕੁ ਸਾਫ਼ ਰੱਖਿਆ ਉਹ ਵੀ ਇੱਕ ਵਾਰੀ ਤਸਵੀਰ ਦਿਖਾ ਦਿਓ ਵੀ ਕਿਤੇ ਨਾ ਕਿਤੇ ਸਾਡੇ ਆਮ ਲੋਕਾਂ 'ਤੇ ਵੀ ਇਹ ਜ਼ਰੂਰ ਦੇਖ ਲਓ ਵੀ ਸਾਡੀ ਵੀ ਡਿਊਟੀ ਆ ਵੀ ਅਸੀਂ ਪਾਣੀ ਕਿੰਨਾ ਕੁ ਸਾਫ਼ ਰੱਖ ਰਹੇ ਹਾਂ। ਜ਼ਰੂਰ ਅਸੀਂ ਫੈਕਟਰੀ ਵਾਲਿਆਂ ਨੂੰ ਵੀ ਕਹਿੰਦੇ ਹਾਂ, ਉਹ ਵੀ ਜ਼ਰੂਰੀ ਆ, ਪਰ ਦੂਜੇ ਪਾਸੇ ਕੀ ਅਸੀਂ ਨਹਿਰੀ ਪਾਣੀ ਵੀ ਸਾਫ਼ ਰੱਖਿਆ, ਅਸੀਂ ਸਮਾਨ ਜਿਹੜਾ ਸੁੱਟਦੇ ਜਾ ਰਹੇ ਹਾਂ। ਤਾਂ ਇਹ ਤਸਵੀਰ ਅੱਗੇ ਦੇਖ ਸਕਦੇ ਹੋ ਵੀ ਵਾਟਰ ਕੈਨਨ ਵੀ ਜਿਹੜੀ ਆ ਉਹ ਵੀ ਆ ਚੁੱਕੀ ਹੋਈ ਆ। ਤਾਂ ਦੂਜੇ ਪਾਸੇ ਕੁਛ ਦੇਰ ਪਹਿਲਾਂ ਲੱਖਾ ਸਰਾਣਾ ਨੇ ਵੀ ਲਾਈਵ ਕੀਤਾ ਸੀ ਅਤੇ ਕਿਹਾ ਜਾ ਰਿਹਾ ਸੀ ਵੀ ਲੋਕਾਂ ਨੂੰ ਜਿਹੜਾ ਹੈ ਉਹ ਰੋਕਿਆ ਜਾ ਰਿਹਾ। ਤਸਵੀਰ ਤੁਹਾਡੇ ਨਾਲ ਪਲ ਪਲ ਦੀ ਸਾਂਝੀ ਕਰ ਰਹੇ ਹਾਂ। ਤਾਜਪੁਰ ਰੋਡ ਤੋਂ ਵੀ ਤੁਹਾਡੇ ਨਾਲ ਤਸਵੀਰ ਜਿਹੜੀ ਆ ਉਹ ਅਸੀਂ ਸਾਂਝੀ ਕੀਤੀ ਸੀ। ਤਾਂ ਹੁਣ ਦੇਖ ਸਕਦੇ ਹੋ ਆ ਜਿਹੜੀ ਬੱਸ ਹੈ ਇੱਥੇ ਵੀ ਖੜ੍ਹੀ ਹੈ। ਤਾਂ ਅੱਗੇ ਵਰੁਣ ਜਿਹੜੀ ਗੱਡੀ ਜਿਹੜੀ ਪੁਲਿਸ ਯੂਜ਼ ਕਰਦੀ ਹੈ ਇਹ ਵਾਟਰ ਕੈਨਨ ਦੇ ਵਾਸਤੇ ਯੂਜ਼ ਹੁੰਦੀ ਹੈ, ਉੱਪਰ ਪਾਈਪਸ ਵੀ ਜਿਹੜੀਆਂ ਨੇ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ। ਹੁਣ ਸਵਾਲ ਇਹ ਉੱਠਦਾ ਵੀ ਤਿਆਰੀਆਂ ਕਿੰਨੀਆਂ ਜ਼ਿਆਦਾ ਨੇ, ਉਹ ਤੁਹਾਨੂੰ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ ਤਿਆਰੀਆਂ ਅਸੀਂ ਉਹ ਸਾਂਝੀਆਂ ਕੀਤੀਆਂ ਨੇ। ਤਾਂ ਹੁਣ ਦੇਖ ਸਕਦੇ ਹੋ ਇੱਥੇ ਵਾਟਰ ਕੈਨਨ ਦੀਆਂ ਗੱਡੀਆਂ ਵੀ ਜਿਹੜੀਆਂ ਨੇ ਉਹ ਵੀ ਪਹੁੰਚੀਆਂ ਹੋਈਆਂ ਨੇ। ਪੁਖਤਾ ਪ੍ਰਬੰਧ ਜਿਹੜੇ ਆ ਪੂਰੇ ਉਹ ਕੀਤੇ ਗਏ ਨੇ ਪੁਲਿਸ ਵੱਲੋਂ ਵੀ ਇੱਥੋਂ ਅੱਗੇ ਜਾਣ ਨਹੀਂ ਦੇਣਾ, ਕਿਉਂਕਿ ਇੱਥੇ ਇਕੱਠੇ ਹੋਣਾ ਸੀ ਅਤੇ ਉਸ ਤੋਂ ਬਾਅਦ ਇੱਥੋਂ ਦੀ ਜੇ ਹਾਈਵੇ ਤੋਂ ਜਾਣਾ ਤਾਂ ਸਿੱਧਾ ਹਾਈਵੇ ਜਾਂਦਾ ਹੈ, ਸਿੱਧਾ ਆਪਣਾ ਸਮਰਾਲਾ ਚੌਂਕ ਨੂੰ ਰਸਤਾ ਜਾਂਦਾ ਅਤੇ ਉਸ ਤੋਂ ਬਾਅਦ ਤਾਜਪੁਰ ਰੋਡ 'ਤੇ ਜਿਹੜਾ ਸੀ ਟੀ ਪੀ ਪਲਾਂਟ ਹੈ ਉਸ ਨੂੰ ਬੰਦ ਕੀਤਾ ਜਾਣਾ ਸੀ, ਜਿਸ ਦੀਆਂ ਸਵੇਰੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਤਾਂ ਹੁਣ ਆਹ ਦੇਖ ਸਕਦੇ ਹੋ ਵੀ ਕਿਸ ਹਿਸਾਬ ਨਾਲ ਇੱਥੇ ਗੱਡੀਆਂ ਪਹੁੰਚੀਆਂ ਨੇ ਗੁਰਦੁਆਰਾ ਨਾਨਕਸਰ ਦੇ ਸਾਹਮਣੇ। ਆ ਵਾਟਰ ਕੈਨਨ ਵੱਲ ਜ਼ਰਾ ਤਸਵੀਰ ਜਿਹੜੀ ਹੈ ਉਹ ਦਿਖਾਈ ਜਾਵੇ। ਤਾਂ ਹੁਣ ਸਵਾਲ ਇਹ ਉੱਠਦਾ ਵੀ ਸਿਰਫ ਇੱਥੇ ਗੱਡੀ ਨਹੀਂ ਖੜ੍ਹੀ, ਇਹ ਲੁਧਿਆਣੇ ਦੇ ਵਿੱਚ ਹੋਰ ਵੀ ਗੱਡੀਆਂ ਜਿਹੜੀਆਂ ਆ ਚੁੱਕੀਆਂ ਹੋਈਆਂ ਨੇ। ਹੁਣ ਸਵਾਲ ਇਹ ਉੱਠਦਾ ਵੀ ਇਹਨਾਂ ਦਾ ਮੁਕਾਬਲਾ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਕੀਤਾ ਜਾਵੇਗਾ, ਕਿਉਂਕਿ ਲਗਾਤਾਰ ਡਿਟੇਨ ਵੀ ਜਿਹੜਾ ਹੈ ਉਹ ਪੁਲਿਸ ਵੱਲੋਂ ਕੀਤਾ ਜਾ ਰਿਹਾ। 12 ਵਜੇ ਦਾ ਸਮਾਂ ਦਿੱਤਾ ਗਿਆ ਸੀ, ਤਾਂ ਹੁਣ ਤੱਕ ਜਿਹੜੇ ਵੀ ਲੋਕ ਆ ਰਹੇ ਆ ਉਹਨਾਂ ਨੂੰ ਗੱਡੀਆਂ ਦੇ ਵਿੱਚ ਕਿਸੇ ਨਾ ਕਿਸੇ ਕਰਕੇ ਡਿਟੇਨ ਕੀਤਾ ਜਾ ਰਿਹਾ ਪਾ ਕੇ। ਤਾਂ ਹੁਣ ਆਹ ਦੇਖ ਸਕਦੇ ਹੋ ਤਸਵੀਰ, ਹੁਣ ਸਭ ਤੋਂ ਵੱਡੀ ਗੱਲ ਹੈ ਕਿਸ ਤਰੀਕੇ ਨਾਲ ਇਸ ਇੰਨਾ ਕੁਛ ਮੁਕਾਬਲਾ ਜਿਹੜਾ ਕੀਤਾ ਜਾਏਗਾ। ਹੁਣ ਤੁਹਾਡੇ ਨਾਲ ਉਹ ਵੀ ਤਸਵੀਰ ਜਿਹੜੀ ਆ ਉਹ ਵੀ ਲਗਾਤਾਰ ਅਸੀਂ ਸਾਂਝੀ ਕਰਦੇ ਰਵਾਂਗੇ। ਤਾਂ ਹੁਣ ਦੇਖ ਸਕਦੇ ਹੋ ਵੀ ਕਿੰਨੇ ਪ੍ਰਬੰਧ ਜਿਹੜੇ ਆ ਕੀਤੇ ਗਏ ਆ। ਤਾਂ ਅੱਗੋਂ ਪ੍ਰੋਪਰਲੀ ਜਿਹੜੇ ਆ ਉਹ ਨਾਕੇ ਲਗਾ ਦਿੱਤੇ ਗਏ ਆ, ਤੁਹਾਡੇ ਨਾਲ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਵੀ ਕਿਸ ਤਰੀਕੇ ਨਾਲ ਰਸਤੇ ਪ੍ਰੋਪਰਲੀ ਬੰਦ ਕਰ ਦਿੱਤੇ ਗਏ ਆ, ਰੱਸੀਆਂ ਲਗਾ ਦਿੱਤੀਆਂ ਗਈਆਂ, ਟਿੱਪਰ ਤੱਕ ਖੜ੍ਹੇ ਹੋਏ ਨੇ, ਉਹਨਾਂ ਨੂੰ ਵੀ ਖੜਾਇਆ ਜਾ ਸਕਦਾ, ਰੋਕਿਆ ਜਾ ਸਕਦਾ। ਪਹਿਲਾਂ ਤਾਂ ਇੱਥੇ ਹੀ ਜਿਹੜਾ ਮੇਨ ਜਿੱਥੇ ਕਿਹਾ ਗਿਆ ਸੀ ਵੀ ਸਾਰੇ ਇਕੱਠੇ ਹੋਵੋ ਉੱਥੇ ਕਿੰਨੇ ਜ਼ਿਆਦਾ ਪ੍ਰਬੰਧ ਹੈ, ਉਸ ਤੋਂ ਥੋੜ੍ਹਾ ਜਿਹਾ ਅੱਗੇ ਆ ਕੇ ਹੀ ਨਹਿਰ ਟੱਪ ਕੇ ਹੀ ਇੱਥੇ ਵਾਟਰ ਕੈਨਨ ਮੌਜੂਦ ਹੈ। ਉਸ ਤੋਂ ਬਾਅਦ ਹੋਰ ਵੀ ਜਿਹੜਾ ਨਾਕਾ ਹਾਈਵੇ 'ਤੇ, ਜਿਹੜਾ ਹਾਈਵੇ 'ਤੇ ਆ ਉੱਥੇ ਵੀ ਨਾਕਾ ਜਿਹੜਾ ਲਗਾਇਆ ਜਾ ਸਕਦਾ। ਦੇਖ ਸਕਦੇ ਹੋ ਪੁਲਿਸ ਦਾ ਪ੍ਰਬੰਧ ਉੱਥੇ ਵੀ ਪੂਰਾ, ਪੁਲਿਸ ਦੀਆਂ ਗੱਡੀਆਂ ਉੱਥੇ ਵੀ ਨੇ, ਹਾਈਵੇ ਨੂੰ ਤੱਕ ਜਿਹੜਾ ਰੋਕਿਆ ਜਾ ਸਕਦਾ। ਹਜੇ ਤੱਕ
ਜਿਹੜੀ ਐਲੀਵੇਟਡ ਰੋਡ ਹੈ, ਇਸ ਨੂੰ ਐਲੀਵੇਟਡ ਰੋਡ ਕਿਹਾ ਜਾਂਦਾ। ਐਲੀਵੇਟਡ ਰੋਡ ਨੂੰ ਰੋਕਿਆ ਤਾਂ ਨਹੀਂ ਗਿਆ, ਪਰ ਪੁਲਿਸ ਇੱਥੇ ਵੀ ਜਿਹੜਾ ਹੈ ਉਹ ਆਪਣੇ ਜਿਹੜੇ ਹੈ ਉਹ ਪੁਆਇੰਟ ਲਗਾ ਕੇ ਰੋਕ ਸਕਦੀ ਹੈ, ਇਸ ਨੂੰ ਨਾਕਾ ਲਗਾਇਆ ਜਾ ਸਕਦਾ। ਦੇਖ ਸਕਦੇ ਹੋ ਪ੍ਰਬੰਧ ਜਿਹੜੇ ਆ ਉਹ ਪੂਰੇ ਪੁਲਿਸ ਵੱਲੋਂ ਕੀਤੇ ਗਏ ਆ। ਪਰ ਸਵਾਲ ਇਹ ਵੀ ਉੱਠਦਾ, ਆਮ ਲੋਕ ਇਹ ਵੀ ਕਹਿ ਰਿਹਾ ਵੀ ਜਿੱਥੇ ਸਾਡੀ ਸਰਕਾਰ ਵਾਰ ਵਾਰ ਇਹ ਗੱਲਾਂ ਕਰਦੀ ਸੀ, ਬੁੱਢੇ ਨਾਲੇ ਦੇ ਬਾਰੇ ਗੱਲਾਂ ਕਰਦੀ ਸੀ, ਉਸ ਨੂੰ ਸਾਫ਼ ਕਰਨ ਦੇ ਬਾਰੇ ਗੱਲਾਂ ਕਰਦੀ ਸੀ, ਅਤੇ ਅੱਜ ਜਦੋਂ ਲੋਕ ਆਪ ਮੁਹਾਰੇ ਹੋ ਕੇ ਅੱਗੇ ਆ ਰਿਹਾ ਤਾਂ ਉਹਨਾਂ ਨੂੰ ਡਿਟੇਨ ਕਾਹਦੇ ਵਾਸਤੇ ਕੀਤਾ ਜਾ ਰਿਹਾ, ਉਹਨਾਂ ਨੂੰ ਫੜਿਆ ਕਾਹਦੇ ਵਾਸਤੇ ਜਾ ਰਿਹਾ? ਨੌਜਵਾਨ ਜਿਹੜੇ ਆ ਤੁਸੀਂ ਦੇਖੇ ਸੀ ਵੀ ਕਿਸ ਹਿਸਾਬ ਨਾਲ, ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਸੀ ਵੀ ਕਿਸ ਹਿਸਾਬ ਨਾਲ ਉਹਨਾਂ ਨੂੰ ਫੜਿਆ ਗਿਆ, ਪਰ ਉਹ ਕਹਿ ਰਹੇ ਸੀ ਵੀ ਅਸੀਂ ਆਪਣੇ ਕੰਮ ਆਏ ਸੀ। ਤਾਂ ਪਲ ਪਲ ਦੀ ਅਪਡੇਟ ਤੁਹਾਡੇ ਨਾਲ ਇਸੇ ਤਰੀਕੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ।